ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਤੁਹਾਡਾ ਸਾਰਿਆਂ ਦਾ YouTube ਚੈਨਲ ਉੱਪਰ ਸਵਾਗਤ ਹੈ ਅੱਜ ਅਸੀਂ ਕਰਾਂਗੇ ਜਮਾਤ 8ਵੀਂ ਦੀ ਪੰਜਾਬੀ ਦਾ ਪਾਠ ਅਬਿਨਵ ਬਿੰਦਰਾ ਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਇਸ ਪਾਠ ਦੇ ਪ੍ਰਸ਼ਨ ਉੱਤਰ ਅਤੇ ਅਭਿਆਸ ਸਭ ਤੋਂ ਪਹਿਲੇ ਅਸੀਂ ਕਰਾਂਗੇ ਠੀਕ ਉੱਤਰ ਅੱਗੇ ਸਹੀ ਦਾ ਨਿਸ਼ਾਨ ਲਗਾਓ ਬੱਚਿਓ ਤੁਹਾਡੀ ਬੁੱਕ ਦੇ ਉੱਪਰ ਕੁਐਸਚਨ ਦੇ ਨਾਲ ਚਾਰ ਆਪਸ਼ਨ ਦਿੱਤੀ ਹੋਈਆਂ ਨੇ ਪਰ ਮੈਂ ਸਿਰਫ ਆਨਸਰ ਹੀ ਲਿਖਿਆ ਹੈ ਤੇ ਦੂਸਰੀ ਗੱਲ ਇਹ ਜਿਹੜੇ ਪ੍ਰਸ਼ਨ ਹੈ ਇਹਨਾਂ ਨੂੰ ਤੁਸੀਂ ਚੰਗੀ ਤਰੀਕੇ ਨਾਲ ਆਪਣੇ ਦਿਮਾਗ ਦੇ ਵਿੱਚ ਬਿਠਾ ਲੈਣਾ ਕਿਉਂਕਿ ਅੱਗੇ ਤੁਸੀਂ ਵੱਡੇ ਹੋ ਕੇ ਜਦੋਂ ਕਿਸੇ ਕੰਪੀਟੀਟਿਵ ਇਗਜ਼ਾਮ ਦੇ ਲਈ ਪੇਪਰ ਦਿਵੋਗੇ ਤੇ ਹੋ ਸਕਦਾ ਹੈ ਕਿ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਕੁਐਸਚਨ ਆ ਜਾਵੇ ਇਸ ਕਰਕੇ ਅਗਰ ਤੁਸੀਂ ਹੁਣ ਤੋਂ ਚੰਗੀ ਤਰੀਕੇ ਨਾਲ ਆਪਣੇ ਦਿਮਾਗ ਵਿੱਚ ਬਿਠਾਇਆ ਹੋਵੇਗਾ ਤੇ ਤੁਹਾਡਾ ਉੱਤਰ ਸਹੀ ਹੋਵੇਗਾ ਸਭ ਤੋਂ ਪਹਿਲੇ ਕਰਾਂਗੇ ਪ੍ਰਸ਼ਨ ਪਹਿਲਾ ਅਬਿਨਵ ਬਿੰਦਰਾ ਵਿਸ਼ਵ ਚੈਂਪੀਅਨ ਕਦੋਂ ਬਣੇ ਤੇ ਬੱਚਿਓ ਅਭਿਨਵ ਬਿੰਦਰਾ ਵਿਸ਼ਵ ਅਭਿਨਵ ਬਿੰਦਰਾ ਵਿਸ਼ਵ ਚੈਂਪੀਅਨ 2006 ਦੇ ਵਿੱਚ ਬਣੇ ਸੀਗੇ ਦੂਸਰਾ ਪ੍ਰਸ਼ਨ ਆਏਗਾ 올림픽 ਖੇਡਾਂ ਕਦੋਂ ਸ਼ੁਰੂ ਹੋਈਆਂ ਤੇ ਇਹ ਵੀ ਜੀਕੇ ਦਾ ਬੜਾ ਵਧੀਆ ਕੁਐਸਚਨ ਹੈ ਇੱਥੇ 올림픽 ਖੇਡਾਂ ਦੇ ਬਾਰੇ ਵਿੱਚ ਪੁੱਛਿਆ ਗਿਆ ਹੈ ਕਿ ਇਹ ਕਦੋਂ ਸ਼ੁਰੂ ਹੋਈਆਂ ਸੀ ਤੇ ਸ਼ੁਰੂ ਹੋਈਆਂ ਸੀਗੀਆਂ 1896 ਈਸਵੀ ਦੇ ਵਿੱਚ ਤੀਸਰਾ ਪ੍ਰਸ਼ਨ ਆਏਗਾ ਅਭਿਨਵ ਬਿੰਦਰਾ ਦੇ ਬਾਬਾ ਜੀ ਕਿਹੜੀ ਖੇਡ ਖੇਡਦੇ ਰਹੇ ਤੇ ਇਸ ਦਾ ਉੱਤਰ ਹੈ ਹਾਕੀ ਅਬਿਨਵ ਬਿੰਦਰਾ ਦੇ ਜਿਹੜੇ ਬਾਬਾ ਜੀ ਸੀ ਉਹ ਹਾਕੀ ਦੀ ਖੇਡ ਖੇਡਦੇ ਰਹੇ ਚੌਥਾ ਪ੍ਰਸ਼ਨ ਅਬਿਨਵ ਬਿੰਦਰਾ ਦੇ ਮਾਤਾ ਜੀ ਕਿਹੜੀ ਖੇਡ ਦੇ ਕੌਮੀ ਖਿਡਾਰੀ ਸਨ ਕੌਮੀ ਖਿਡਾਰੀ ਮਤਲਬ ਨੈਸ਼ਨਲ ਪਲੇਅਰ ਤੇ ਉਹ ਸੀ ਕਿਹੜੀ ਖੇਡ ਹੈਂਡਬਾਲ ਪੰਜਵਾਂ ਪ੍ਰਸ਼ਨ ਆਏਗਾ ਅਬਿਨਵ ਬਿੰਦਰਾ ਨੂੰ ਅਰਜੁਨ ਅਵਾਰਡ ਕਦੋਂ ਮਿਲਿਆ ਤੇ ਬੱਚਿਓ ਅਬਿਨਵ ਬਿੰਦਰਾ ਨੂੰ ਅਰਜੁਨ ਅਵਾਰਡ ਮਿਲਿਆ ਸੀਗਾ 2000 ਦੇ ਵਿੱਚ ਮਤਲਬ 2000 ਦੇ ਵਿੱਚ ਹੁਣ ਅਸੀਂ ਕਰਾਂਗੇ ਛੋਟੇ ਪ੍ਰਸ਼ਨਾਂ ਵਾਲੇ ਉੱਤਰ ਸਭ ਤੋਂ ਪਹਿਲੇ ਪ੍ਰਸ਼ਨ ਆਏਗਾ ਅਬਿਨਵ ਬਿੰਦਰਾ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਇਸ ਦਾ ਉੱਤਰ ਲਿਖਾਂਗੇ ਅਬਿਨਵ ਬਿੰਦਰਾ ਦਾ ਜਨਮ 28 ਸਤੰਬਰ 1982 ਨੂੰ ਦੇਰਾਦੂਨ ਵਿਖੇ ਹੋਇਆ ਦੂਸਰਾ ਪ੍ਰਸ਼ਨ ਅਬਿਨਵ ਬਿੰਦਰਾ ਨੂੰ ਭਾਰਤੀ ਫੌਜ ਵਿੱਚ ਕਿਹੜਾ ਅਹੁਦਾ ਦਿੱਤਾ ਗਿਆ ਉਹਦਾ ਮਤਲਬ ਰੈਂਕ ਜਿਹੜਾ ਵੀ ਖਿਡਾਰੀ ਹੁੰਦਾ ਹੈ ਉਸ ਨੂੰ ਬਾਅਦ ਦੇ ਵਿੱਚ ਆਰਮੀ ਦੇ ਵਿੱਚ ਕੋਈ ਨਾ ਕੋਈ ਰੈਂਕ ਮਿਲਦਾ ਹੈ ਤੇ ਅਬਿਨਵ ਬਿੰਦਰਾ ਨੂੰ ਮਿਲਿਆ ਸੀਗਾ ਲੈਫਟੀਨੈਂਟ ਕਰਨਲ ਦਾ ਅਤੇ ਅਸੀਂ ਇਸ ਨੂੰ ਲਿਖਾਂਗੇ ਅਬਿਨਵ ਬਿੰਦਰਾ ਨੂੰ ਭਾਰਤੀ ਫੌਜ ਨੇ ਉਸ ਨੂੰ ਟਿਊਟੋਰੀਅਲ ਆਰਮੀ ਪੈਰਾਸ਼ੂਟ ਬਟਾਲੀਅਨ ਵਿੱਚ ਲੈਫਟੀਨੈਂਟ ਕਰਨਲ ਦਾ ਅਹੁਦਾ ਦਿੱਤਾ ਪ੍ਰਸ਼ਨ ਨੰਬਰ ਤੀਸਰਾ ਆਏਗਾ ਅਭਿਨਵ ਬਿੰਦਰਾ ਦੀ ਨਿਸ਼ਾਨੇਬਾਜ਼ੀ ਦੀ ਸਿਖਲਾਈ ਕਿੱਥੋਂ ਸ਼ੁਰੂ ਹੋਈ ਇਸ ਦਾ ਉੱਤਰ ਲਿਖਾਂਗੇ ਅਭਿਨਵ ਬਿੰਦਰਾ ਦੀ ਨਿਸ਼ਾਨੇਬਾਜ਼ੀ ਦੀ ਸਿਖਲਾਈ ਘਰ ਤੋਂ ਹੀ ਸ਼ੁਰੂ ਹੋਈ ਹੁਣ ਅਸੀਂ ਅਗਲਾ ਪ੍ਰਸ਼ਨ ਕਰਾਂਗੇ ਕਿਸ ਖਿਡਾਰੀ ਦੀ ਮਹਿਮਾ ਸੁਣ ਕੇ ਅਭਿਨਵ ਬਿੰਦਰਾ ਉਤਸ਼ਾਹਿਤ ਹੋਏ ਤੇ ਇਸ ਦਾ ਉੱਤਰ ਆਏਗਾ ਅਮਰੀਕਾ ਦੇ ਐਥਲੀਟ ਕੋਲ ਲਾਵਿਸ ਦੀ ਮਹਿਮਾ ਸੁਣ ਕੇ ਅਭਿਨਵ ਬਿੰਦਰਾ ਉਤਸ਼ਾਹਿਤ ਹੋਏ ਮਤਲਬ ਕਿ ਕਨ ਲੈਵਿਸ ਨੂੰ ਦੇਖ ਕੇ ਉਹਨਾਂ ਦੇ ਮਨ ਵਿੱਚ ਵੀ ਇਹ ਚਾਹ ਆ ਕਿ ਉਹ ਵੀ ਇੱਕ ਖਿਡਾਰੀ ਬਣਨ ਉਹ ਕਿਹੜਾ ਖਿਡਾਰੀ ਸੀਗਾ ਅਮਰੀਕਾ ਦੇ ਐਥਲੀਟ ਕਨ ਲੈਵਿਸ ਨੈਕਸਟ ਪ੍ਰਸ਼ਨ ਆਏਗਾ ਅਭਿਨਵ ਬਿੰਦਰਾ ਦੀ ਸਵੈ ਜੀਵਨੀ ਦਾ ਨਾਮ ਕੀ ਹੈ ਸਵੈ ਜੀਵਨੀ ਹੁੰਦੀ ਹੈ ਜਿਹੜੀ ਆਪਣੇ ਬਾਰੇ ਵਿੱਚ ਲਿਖੀ ਜਾਏਗੀ ਠੀਕ ਹੈ ਤੇ ਉਸ ਦਾ ਨਾਮ ਸੀਗਾ ਅ ਸ਼ਾਰਟ ਐਂਡ ਹਿਸਟਰੀ ਮਾਈ ਅਬਸੈਸਿਵ ਜਰਨੀ ਟੂ 올림픽 ਗੋਟ ਕੀ ਸੀਗਾ ਇ ਸ਼ਾਰਟ ਐਂਡ ਹਿਸਟਰੀ ਮਾਈ ਓਬਸੈਸਿਵ ਜਰਨੀ ਟੂ 올림픽 ਗੋਲਡ ਪ੍ਰਸ਼ਨ ਨੰਬਰ ਛੇਮਾ ਆਏਗਾ ਅਬਿਨਵ ਬਿੰਦਰਾ ਦੇ ਪਿਤਾ ਜੀ ਦਾ ਨਾਮ ਦੱਸੋ ਇਸ ਦਾ ਉੱਤਰ ਆਏਗਾ ਡਾਕਟਰ ਅਭੀਜੀਤ ਸਿੰਘ ਬਿੰਦਰਾ ਉਹਨਾਂ ਦਾ ਪਿਤਾ ਦਾ ਨਾਮ ਸੀਗਾ ਅਭੀਜੀਤ ਸਿੰਘ ਬਿੰਦਰਾ ਹੁਣ ਅਸੀਂ ਕਰਾਂਗੇ ਸੰਖੇਪ ਉਤਰਾਂ ਵਾਲੇ ਪ੍ਰਸ਼ਨ ਸਭ ਤੋਂ ਪਹਿਲਾ ਪ੍ਰਸ਼ਨ ਆਏਗਾ ਅਬਿਨਵ ਬਿੰਦਰਾ ਨੂੰ ਕਿਹੜੇ ਕਿਹੜੇ ਅਵਾਰਡ ਮਿਲੇ ਇਸ ਦਾ ਉੱਤਰ ਆਏਗਾ ਅਗਨੋ ਵਿੰਦਰਾ ਨੂੰ ਭਾਰਤ ਸਰਕਾਰ ਨੇ 2000 ਵਿੱਚ ਅਰਜੁਨ ਅਵਾਰਡ 2001 ਵਿੱਚ ਰਾਜੀਵ ਖੇਲ ਰਤਨ ਅਵਾਰਡ ਤੇ 2009 ਦੇ ਵਿੱਚ ਪਦਮ ਪੂਸ਼ਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਤੇ ਬੱਚਿਓ ਗਵਰਨਮੈਂਟ ਨੇ ਇੰਡੀਆ ਗਵਰਨਮੈਂਟ ਨੇ ਭਾਰਤ ਸਰਕਾਰ ਨੇ ਕਿਹੜੇ ਕਿਹੜੇ ਅਵਾਰਡ ਦਿੱਤੇ ਸੀਗੇ ਸਭ ਤੋਂ ਪਹਿਲੇ ਮਿਲਿਆ ਸੀਗਾ 2000 ਦੇ ਵਿੱਚ ਅਰਜੁਨ ਅਵਾਰਡ ਫਿਰ 2001 ਦੇ ਵਿੱਚ ਮਿਲਿਆ ਸੀਗਾ ਰਾਜੀਵ ਗਾਂਧੀ ਖੇਲ ਰਤਨ ਤੇ 2009 ਦੇ ਵਿੱਚ ਮਿਲਿਆ ਸੀਗਾ ਪਦਮ ਪੂਸ਼ਣ ਨੈਕਸਟ ਕੁਐਸਚਨ ਆਏਗਾ ਅਬਿਨਵ ਬਿੰਦਰਾ ਦੇ ਮਾਤਾ ਜੀ ਦਾ ਨਾਮ ਅਤੇ ਪਿਛੋਕਰ ਦੀ ਮਹੱਤਤਾ ਬਾਰੇ ਦੱਸੋ ਇਸ ਦਾ ਉੱਤਰ ਲਿਖਾਂਗੇ ਅਬਿਨਵ ਬਿੰਦਰਾ ਦੇ ਮਾਤਾ ਜੀ ਦਾ ਨਾਮ ਕਵਲਜੀਤ ਕੌਰ ਪਬਲੀ ਹੈ ਉਹਨਾਂ ਦੀ ਮਾਤਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਮਹਾਨ ਜਨਰਲ ਹਰੀ ਸਿੰਘ ਨਲਵਾ ਦੀ ਪੰਜਵੀਂ ਪੀੜੀ ਵਿੱਚੋਂ ਹੈ ਹਰੀ ਸਿੰਘ ਨਲਵਾ ਨੇ ਖਾਲੀ ਹੱਥ ਨਾਲ ਸ਼ੇਰ ਦਾ ਸ਼ਿਕਾਰ ਕੀਤਾ ਸੀ ਅਬਿਨਵ ਦੀ ਮਾਤਾ ਕੌਮੀ ਪੱਧਰ ਦੀ ਹੈਂਡਬਾਲ ਖਿਡਾਰਨ ਰਹੀ ਹੈ ਸਕੂਲ ਕਾਲਜ ਵਿੱਚ ਪੜ੍ਹਦੀਆਂ ਉਹ ਬਾਸਕਟਬਾਲ ਟੈਨਿਸ ਤੇ ਹਾਕੀ ਦੀਆਂ ਟੀਮਾਂ ਦੀ ਕਪਤਾਨ ਰਹੀ ਹੈ ਤੇ ਬੱਚਿਓ ਤੁਹਾਨੂੰ ਹਰੀ ਸਿੰਘ ਨਲੂਏ ਦੇ ਬਾਰੇ ਪਤਾ ਹੀ ਹੋਵੇਗਾ ਕਿ ਉਹਨਾਂ ਨੇ ਬਿਨਾਂ ਕਿਸੇ ਹਥਿਆਰ ਦੇ ਮਤਲਬ ਕਿ ਸ਼ੇਰ ਦਾ ਸ਼ਿਕਾਰ ਕਿਸ ਤਰ੍ਹਾਂ ਕੀਤਾ ਹੀ ਉਹਨਾਂ ਨੇ ਸ਼ੇਰ ਦੇ ਮੂੰਹ ਦੇ ਵਿੱਚ ਹੱਥ ਪਾ ਕੇ ਉਹਦਾ ਜਿਹੜਾ ਜਬਾੜਾ ਸੀਗਾ ਉਹ ਹੀ ਪਾੜ ਦਿੱਤਾ ਸੀਗਾ ਤੇ ਉਹ ਬੜੇ ਹੀ ਬਹਾਦਰ ਸਨ ਹਰੀ ਸਿੰਘ ਨਲੂਆ ਜਿਹੜੇ ਸੀਗੇ ਉਹ ਬੜੇ ਹੀ ਬਹਾਦਰ ਸਨ ਉਹ ਆਪਣੀ ਬਹਾਦਰੀ ਦੇ ਲਈ ਅੱਜ ਵੀ ਸਾਡੇ ਪੰਜਾਬ ਦੇ ਵਿੱਚ ਸਾਡੇ ਇਤਿਹਾਸ ਦੇ ਵਿੱਚ ਚੰਗੀ ਤਰ੍ਹਾਂ ਜਾਨੂ ਨੇ ਹੁਣ ਅਸੀਂ ਕਰਾਂਗੇ ਅਬਿਨਵ ਵਿੰਦਰਾ ਦੇ ਮੋਡਲੀ ਪੜਾਈ ਕਿੱਥੋਂ ਪ੍ਰਾਪਤ ਕੀਤੀ ਮੋਡਲੀ ਪੜਾਈ ਹੁੰਦੀ ਹੈ ਜਿਹੜੀ ਸਟਾਰਟਿੰਗ ਤੋਂ ਹੋਏ ਠੀਕ ਹੈ ਨਾ ਜਿਹੜੀ ਜਿੱਥੋਂ ਆਪਾਂ ਸ਼ੁਰੂਆਤ ਕਰਦੇ ਆ ਆਪਣੇ ਪੜਾਈ ਦੀ ਉਹਦੇ ਵਿੱਚ ਲਿਖਾਂਗੇ ਅਗਨੋ ਬਿੰਦਰਾ ਨੇ ਦੇਹਰਾ ਦੂਨ ਦੇ ਦੂਨ ਸਕੂਲ ਤੋਂ ਪੜਨਾ ਸ਼ੁਰੂ ਕੀਤਾ ਉਹ 9ਵੀਂ ਜਮਾਤ ਚੰਡੀਗੜ੍ਹ ਦੇ ਸੈਂਟ ਫਰਾਂਸਿਸ ਸਕੂਲ ਵਿੱਚ ਪੜਨ ਲੱਗੇ ਕਿਤੋਂ ਕੀਤਾ ਸੀਗਾ ਦੇਹਰਾ ਦੂਨ ਦੇ ਦੂਨ ਸਕੂਲ ਤੋਂ ਤੇ 9ਵੀਂ ਜਮਾਤ ਕਿਤੋਂ ਕੀਤੀ ਸੀਗੀ ਚੰਡੀਗੜ੍ਹ ਦੇ ਸੈਂਟ ਫਰਾਂਸਿਸ ਸਕੂਲ ਵਿਦ ਸਕੂਲ ਤੋਂ ਨੈਕਸਟ ਕੁਐਸਚਨ ਆਏਗਾ ਸਕੂਲ ਦੀ ਪੜ੍ਹਾਈ ਤੋਂ ਬਾਅਦ ਅਬਿਨਵ ਬਿੰਦਰਾ ਨੇ ਕਿਹੜੀਆਂ ਡਿਗਰੀਆਂ ਕਿੱਥੋਂ ਪ੍ਰਾਪਤ ਕੀਤੀਆਂ ਇਸ ਦਾ ਉੱਤਰ ਲਿਖਾਂਗੇ ਸਕੂਲ ਦੀ ਪੜ੍ਹਾਈ ਤੋਂ ਬਾਅਦ ਅਬਿਨਵ ਬਿੰਦਰਾ ਨੇ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਤੇ ਮਾਸਟਰ ਆਫ ਬਿਜ਼ਨਸ ਦੀਆਂ ਡਿਗਰੀਆਂ ਅਮਰੀਕਾ ਦੀ ਯੂਨੀਵਰਸਿਟੀ ਆਫ ਕੋਲੋਡਗੋ ਤੋਂ ਹਾਸਲ ਕੀਤੀਆਂ ਤੇ ਬੱਚੋ ਕਿਹੜੀਆਂ ਡਿਗਰੀਆਂ ਸੀ ਕਿਆਂ ਐਸੀਆਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਠੀਕ ਹੈ ਤੇ ਮਾਸਟਰ ਉਹਨਾਂ ਨੇ ਮਤਲਬ ਕਿ ਬੀਬੀਏ ਔਰ ਐਮਬੀਏ ਦੀਆਂ ਡਿਗਰੀਆਂ ਕੀਤੀਆਂ ਸੀ ਉਹਨਾਂ ਦੀ ਫੁੱਲ ਫਾਰਮ ਹੈ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਤੇ ਮਾਸਟਰ ਐਮਬੀਏ ਦੀ ਮਾਸਟਰ ਆਫ ਬਿਜ਼ਨਸ ਠੀਕ ਹੈ ਨੈਕਸਟ ਆਏਗਾ ਅਭਿਨਵ ਬਿੰਦਰਾ ਦਾ ਨੌਜਵਾਨਾਂ ਲਈ ਕੀ ਸੰਦੇਸ਼ ਹੈ ਇਸ ਦਾ ਉੱਤਰ ਲਿਖਾਂਗੇ ਅਭਿਨਵ ਬਿੰਦਰਾ ਦਾ ਨੌਜਵਾਨਾਂ ਲਈ ਇਹਹੀ ਸੰਦੇਸ਼ ਹੈ ਕਿ ਖੂਬ ਪੜਾਈ ਕਰਨ ਅਤੇ ਨਸ਼ਿਆਂ ਵਿੱਚ ਨਾ ਪੈਣ ਸਗੋਂ ਕਸਰਤ ਕਰਨ ਤੇ ਖੂਬ ਖੇਡਾਂ ਕਰਨ ਇਸ ਤਰ੍ਹਾਂ ਕਰਨ ਨਾਲ ਉਹ ਆਪਣੀ ਸਿਹਤ ਨਰੋਈ ਰੱਖ ਸਕਦੇ ਹਨ ਅਤੇ ਖੇਡਾਂ ਵਿੱਚ ਮੈਡਲ ਜਿੱਤ ਆਪਣਾ ਆਪਣੇ ਮਾਪੇ ਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਹਨ ਹੁਣ ਅਸੀਂ ਕਰਾਂਗੇ ਖੇਠ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਸਭ ਤੋਂ ਪਹਿਲੇ ਸ਼ਬਦ ਆਏਗਾ ਵਿਅਕਤੀਗਤ వ్యక్తిగత ਦਾ ਅਰਥ ਹੁੰਦਾ ਹੈ ਨਿੱਜੀ ਨਿੱਜੀ ਮਤਲਬ ਪਰਸਨਲੀ ਜਿਹੜਾ ਸਾਡੇ ਨਾਲ ਬਿਲੋਂਗ ਕਰਦਾ ਹੈ ਠੀਕ ਹੈ ਵਿਅਕਤੀਗਤ ਮੀਨਸ ਨਿੱਜੀ ਇਸ ਦਾ ਵਾਕ ਬਣਾਵਾਂਗੇ ਅਭਿਨਵ ਬਿੰਦਰਾ ਕਿਸੇ ਵਿਅਕਤੀਗਤ ਖੇਡਾਂ ਵਿੱਚ ਭਾਰਤ ਦਾ ਇੱਕੋ ਇੱਕ 올림픽 ਚੈਂਪੀਅਨ ਹੈ ਨੈਕਸਟ ਆਏਗਾ ਮਹਾਨ ਮਹਾਨ ਹੁੰਦਾ ਹੈ ਸ਼੍ਰੇਸ਼ਟ ਉੱਤਮ ਠੀਕ ਹੈ ਇਸ ਦਾ ਅਸੀਂ ਵਾਕ ਬਣਾਵਾਂਗੇ ਸਾਡਾ ਭਾਰਤ ਦੇਸ਼ ਸਭ ਤੋਂ ਮਹਾਨ ਦੇਸ਼ ਹੈ ਅਗਲਾ ਵਾਕ ਆਏਗਾ ਸੌਰੀ ਸ਼ਬਦ ਆਏਗਾ ਨਿਸ਼ਾਨੇਬਾਜ਼ ਇਸ ਦਾ ਅਰਥ ਹੋਏਗਾ ਨਿਸ਼ਾਨੇ ਦਾ ਮਾਹਿਰ ਇਸ ਦਾ ਵਾਕ ਬਣੇਗਾ ਅਬਿਨਵ ਬਿੰਦਰਾ ਪਾਲਤੀ ਨਿਸ਼ਾਨੇਬਾਜ਼ ਵਿਸ਼ਵ ਚੈਂਪੀਅਨ ਬਣਿਆ ਨੈਕਸਟ ਆਏਗਾ ਮਹਿਮਾ ਮਹਿਮਾ ਹੁੰਦੀ ਹੈ ਸ਼ੋਭਾ ਇਸ ਦਾ ਵਾਕ ਬਣਾਵਾਂਗੇ ਅਬਿਨਵ ਬਿੰਦਰਾ ਦੀ ਮਹਿਮਾ ਸਾਰੇ ਦੇਸ਼ ਵਿੱਚ ਫੈਲੀ ਹੋਈ ਹੈ ਨੈਕਸਟ ਆਏਗਾ ਲਗਨ ਲਗਨ ਕਹਿੰਦੇ ਨੇ ਰੁਚੀ ਨੂੰ ਤੇ ਇਸ ਦਾ ਬਨੇਗਾ ਅਬਿਨਵ ਵਿੱਚ ਐਨੀ ਲਗਨ ਸੀ ਕਿ ਉਹ ਹਰ ਰੋਜ਼ 12-12 ਘੰਟੇ ਸ਼ੂਟਿੰਗ ਕਰਦਾ ਸੀ ਜਿਸ ਤਰ੍ਹਾਂ ਤੁਹਾਡੇ ਵਿੱਚ ਲਗਨ ਹੈ ਪੜਨ ਦੀ ਠੀਕ ਹੈ ਨਾ ਤੇ ਉਸੇ ਤਰ੍ਹਾਂ ਅਬਿਨਵ ਦੇ ਵਿੱਚ ਲਗਨ ਸੀ ਆਪਣੇ ਕੰਮ ਦੇ ਲਈ ਕਿ ਉਹਨੇ ਸ਼ੂਟਿੰਗ ਕਰਨੀ ਹੈ ਉਹਦੇ ਲਈ ਉਹ 12-12 ਘੰਟੇ ਪ੍ਰੈਕਟਿਸ ਕਰਦਾ ਸੀ ਨੈਕਸਟ ਹੈ ਅਭਿਆਸ ਅਭਿਆਸ ਹੁੰਦਾ ਹੈ ਕੋਸ਼ਿਸ਼ ਇਸ ਦਾ ਬਨੇਗਾ ਅਬਿਨਵ ਲਗਾਤਾਰ ਨਿਸ਼ਾਨੇਬਾਜ਼ੀ ਦਾ ਅਭਿਆਸ ਕਰਦਾ ਰਿਹਾ ਨੈਕਸਟ ਵਰਡ ਹੈ ਨਰੋਈ ਨਰੋਈ ਹੁੰਦਾ ਹੈ ਸਿਹਤਮੰਦ ਇਸ ਦਾ ਵਾਕ ਬਣੇਗਾ ਕਸਰਤ ਕਰਨ ਨਾਲ ਸਿਹਤ ਨਰੋਈ ਰਹਿੰਦੀ ਹੈ ਹੁਣ ਅਸੀਂ ਕਰਾਂਗੇ ਖਾਲੀ ਥਾਵਾਂ ਨੂੰ ਪਰੋ ਸਭ ਤੋਂ ਪਹਿਲੇ ਆਏਗਾ 18ਵੀਂ ਸਾਲ ਵਿੱਚ ਉਸਨੇ ਡੈਸ਼ 2000 ਦੀਆਂ 올ੰਪਿਕ ਖੇਡਾਂ ਵਿੱਚ ਹਿੱਸਾ ਲਿਆ ਇਹਦੇ ਵਿੱਚ ਆਏਗਾ ਸਿਡਨੀ ਨੈਕਸਟ ਹੈ ਇਥਨਸ ਡੈਸ਼ ਦੀਆਂ 올ੰਪਿਕ ਖੇਡਾਂ ਵਿੱਚ ਉਸਨੇ ਪੁਰਾਣਾ ਰਿਕਾਰਡ ਤੋੜ ਦਿੱਤਾ ਤੇ ਬੱਚਿਓ ਕਿਹੜੀਆਂ ਸੀਗੀਆਂ ਇਥਨਸ ਦੀਆਂ ਕਿ ਐਡਾ 2004 ਦੀਆਂ ਜਿਹੜੀਆਂ 올림픽 ਖੇਡਾਂ ਸੀਗੀਆਂ ਉਹਨਾਂ ਦਾ ਰਿਕਾਰਡ ਤੋੜਿਆ ਸੀਗਾ 2004 ਦੀਆਂ ਨੈਕਸਟ ਆਏਗਾ 파ਰਥ ਵਿੱਚ ਡੈਸ਼ ਉਸ ਦੀ ਜੈਕਾਰ ਹੋ ਗਈ ਇਹਦੇ ਵਿੱਚ ਲਿਖਾਂਗੇ ਚਾਰੇ ਪਾਸੇ ਨੈਕਸਟ ਆਏਗਾ ਬੱਚਿਆਂ ਅਤੇ ਨੌਜਵਾਨਾਂ ਵਿੱਚ ਖੇਡਾਂ ਦਾ ਸ਼ੌਂਕ ਪੈਦਾ ਕਰਨ ਤੇ ਲੜਿੰਦੀਆਂ ਖੇਡਾਂ ਸਹੂਲਤਾਂ ਦੇਣ ਲਈ ਡੈਸ਼ ਬਣਾਇਆ ਇੱਕ ٹرسٹ ਬਣਾਇਆ ਹੈ ٹرسٹ ਦਾ ਨਾਮ ਹੈ ਅਬਿਨਵ ਸਪੋਰਟਸ ٹرسٹ ਨੈਕਸਟ ਆਏਗਾ ਕਿਹੜੇ ਲੇਖਕ ਡੈਸ਼ ਨਾਲ ਮਿਲ ਕੇ ਆਪਣੀ ਸਵੈ ਜੀਵਨੀ ਲਿਖੀ ਇਸ ਦਾ ਅਰਥ ਆਏਗਾ ਰੋਹਿਤ ਬ੍ਰਿਜਨਾਥ ਰੋਹਿਤ ਬ੍ਰਿਜਨਾਥ ਦੇ ਨਾਲ ਮਿਲ ਕੇ ਉਹਨਾਂ ਨੇ ਆਪਣੀ ਸਵੈ ਜੀਵਨੀ ਲਿਖੀ ਸੀਗੀ ਨੈਕਸਟ ਹੈ ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ ਸਭ ਤੋਂ ਪਹਿਲੇ ਆਏਗਾ ਪੰਜਾਬੀ ਦੇ ਵਿੱਚ ਹੈ ਵਿਅਕਤੀਗਤ ਇਸ ਦਾ ਬਨੇਗਾ ਹਿੰਦੀ 'ਚ ਕਹਿੰਦੇ ਨੇ ਵਿਅਕਤੀਗਤ ਤੇ ਅੰਗਰੇਜ਼ੀ 'ਚ ਆਏਗਾ ਪਰਸਨਲ ਨੈਕਸਟ ਵਿਸ਼ਵ ਵਿਸ਼ਵ ਨੂੰ ਹਿੰਦੀ 'ਚ ਵੀ ਵਿਸ਼ਵ ਕਹਿੰਦੇ ਨੇ ਤੇ ਅੰਗਰੇਜ਼ੀ 'ਚ ਕਹਿੰਦੇ ਨੇ ਵਰਲਡ ਪੁਰਖੇ ਪੁਰਖੇ ਹੁੰਦੇ ਆ ਪਿੱਤਰ ਜਿਹੜੇ ਸਾਡੇ ਪੂਰਵਜ ਹੁੰਦੇ ਆ ਉਹਨਾਂ ਨੂੰ ਇੰਗਲਿਸ਼ 'ਚ ਕਹਿੰਦੇ ਆ ਫੋਰ ਫਾਦਰ ਨੈਕਸਟ ਹੈ ਨਿਵਾਸ ਹਿੰਦੀ 'ਚ ਵੀ ਨਿਵਾਸ ਕਹਿੰਦੇ ਨੇ ਤੇ ਇੰਗਲਿਸ਼ 'ਚ ਕਹਿੰਦੇ ਨੇ ਰੈਜ਼ਿਡੈਂਸ ਜਿਸ ਤਰ੍ਹਾਂ ਤੁਸੀਂ ਜਿੱਥੇ ਰਹਿ ਰਹੇ ਹੋ ਉਹ ਤੁਹਾਡਾ ਰੈਜ਼ਿਡੈਂਸ ਆ ਹੈਨਾ ਤੁਹਾਡੇ ਘਰ ਦਾ ਪਤਾ ਮੀਨਸ ਰੈਜ਼ਿਡੈਂਸ ਐਡਰੈਸ ਨਿਵਾਸ ਦਾ ਐਡਰੈਸ ਤੁਹਾਡਾ ਪਤਾ ਹੈ ਨਾ ਨੈਕਸਟ ਹੈ ਖੁਸ਼ਕਿਸਮਤ ਖੁਸ਼ਕਿਸਮਤ ਹੁੰਦਾ ਹੈ ਪੱਗਿਆਸ਼ਾਲੀ ਮੀਨਸ ਲੱਕੀ ਨੈਕਸਟ ਆਏਗਾ ਸੁਫੂਲਤ ਇਹਨੂੰ ਹਿੰਦੀ ਚ ਕਹਿੰਦੇ ਨੇ ਸੁਗਮਤਾ ਤੇ ਇੰਗਲਿਸ਼ ਚ ਕਹਿੰਦੇ ਨੇ ਫੈਸਿਲਿਟੀ ਲਾਸਟ ਹੈ ਸਵੈ ਜੀਵਨੀ ਹਿੰਦੀ ਚ ਕਹਿੰਦੇ ਨੇ ਆਤਮ ਕਥਾ ਤੇ ਇੰਗਲਿਸ਼ ਚ ਕਹਿ ਦਿੰਦੇ ਨੇ ਆਟੋ ਬਾਇਓਗ੍ਰਾਫੀ ਤੇ ਬੱਚਿਓ ਇਹ ਸੀ ਸਾਡੇ ਪਾਠ ਦਾ ਅਭਿਆਸ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਤੁਹਾਡੇ ਲਈ ਹੈਲਪਫੁਲ ਰਹੀ ਹੋਵੇਗੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਆਉਣ ਵਾਲੀ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਤੇ ਮਿਲਦੇ ਹਾਂ ਨੈਕਸਟ ਵੀਡੀਓ 'ਚ